ਜਦੋਂ 7 ਮੈਂਬਰ ਅਸੀਂ ਇੱਕ ਨੋਟੋਰੀਅਸ ਗੈਂਗ ਦੇ ਅਰੈਸਟ ਕੀਤੇ ਆ, ਸਾਡਾ ਇੱਕ ਆਪਰੇਸ਼ਨ ਜਿਹੜਾ ਮੈਡਮ ਐਸ ਪੀ ਇਨਵੈਸਟੀਗੇਸ਼ਨ ਜਸਰੂਪ ਬਾਠ, ਡੀ ਐਸ ਪੀ ਡੀ ਔਰ ਸੀ ਆਈ ਏ ਐਸ ਐਚ ਓ ਸਿਟੀ ਨਕੋਦਰ, ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ, ਐਂਡ ਜਸਰੂਪ ਇਜ਼ ਲੀਡਿੰਗ ਫਰੋਮ ਦਾ ਫਰੰਟ, ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ। ਇਹਦੇ ਵਿੱਚ ਇਸ ਤਰੀਕੇ ਨਾਲ ਵੀ ਇੱਕ ਗੈਂਗ ਹੈਗਾ ਜਿਹਨੂੰ ਅੰਕੁਸ਼ ਪਾਈਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ਓਪਰੇਟ ਕਰ ਰਿਹਾ ਸੀਗਾ, ਔਰ ਇਹਦੇ ਜਿਹੜੇ ਆਲਰੇਡੀ ਸੰਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਬਾਹਰ ਵੀ ਬੈਠੇ ਹੈਗੇ ਆ, ਗੋਲਡੀ ਬਰਾੜ, ਵਿਕਰਮ ਬਰਾੜ ਉਹ ਜੇਲ੍ਹ 'ਚ ਹੈਗਾ, ਰਵੀ ਬਲਾਚੌਰੀਆ, ਉਸ ਟਾਈਪ ਦੇ ਗੈਂਗਸਟਰਸ ਨੂੰ ਇਹ ਲੋਜਿਸਟਿਕ ਸਪੋਰਟ ਦਿੰਦਾ ਰਿਹਾ ਪਹਿਲਾਂ ਵੀ, ਕਦੀ ਉਹਨਾਂ ਦੇ ਵੈਪਨ ਸੰਭਾਲਦਾ ਸੀ, ਕਦੀ ਉਹਨਾਂ ਦੇ ਕਹੇ 'ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ। ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ 'ਚ ਚਲੇ ਗਏ, ਪੁਲਿਸ ਦਾ ਗ੍ਰਿਪ ਟਾਈਟ ਹੋ ਗਿਆ ਉਹਨਾਂ ਦੇ ਉੱਪਰ, ਅਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਓਪਰੇਸ਼ਨ ਹੈਗੇ ਉਹ ਤੂੰ ਪਲੈਨ ਕਰ। ਇਹਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲਏ ਨਵੇਂ ਮੁੰਡੇ, ਔਰ ਉਹ ਤੋਂ ਬਾਅਦ ਜੋ ਇਹਨਾਂ ਦਾ ਪਲੈਨ ਸੀਗਾ ਉਹ ਬੜਾ ਖਤਰਨਾਕ ਸੀਗਾ। 2 ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਵਲਰੀ 'ਚ ਪਲੈਨ ਕਰ ਰਹੇ ਸੀਗੇ, ਔਰ 2 ਮਰਡਰ ਇਹ ਸਾਡੇ ਇਲਾਕੇ 'ਚ ਕਰ ਰਹੇ ਸੀ ਪਲੈਨ, ਇੱਕ ਨਕੋਦਰ ਔਰ ਇੱਕ ਮਹਿਤਪੁਰ ਦੇ ਵਿੱਚ। 4 ਟਾਰਗੇਟ ਸੀਗੇ ਇਹਨਾਂ ਨੂੰ ਮਿਲੇ ਹੋਏ, ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ, ਜਿਹੜੇ ਅਸੀਂ ਰਿਕਵਰ ਕੀਤੇ ਹੈਗੇ ਆ, ਜਿਹਨਾਂ 'ਚ 2 30 ਬੋਰ ਦੇ ਪਿਸਟਲਸ ਹੈਗੇ ਆ, ਇੱਕ 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਿਵੋਲਵਰ ਹੈਗਾ। ਇਹਨਾਂ ਨੇ ਕੱਲ੍ਹ 5 ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ। 2 ਬੰਦੇ ਜਦੋਂ ਇੱਕ ਕਾਰ ਆਈ ਹੈ, ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਆ, ਜਿਹਦੇ ਵਿੱਚੋਂ ਇਹਨਾਂ ਨੇ ਬੰਦੇ ਅਰੈਸਟ ਕੀਤੇ। ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ। ਨਾਓ ਆਈ ਐਮ ਨੇਮਿੰਗ ਆਲ ਦੀ 7 ਪਰਸਨਸ। ਅੰਕੁਸ਼ ਸੱਭਰਵਾਲ ਏਰੀਅਸ ਭਾਈਆ ਜਿਹੜਾ ਹੈਗਾ ਉਹ ਇਹਦਾ ਕਿੰਗ ਪਿੰਨ ਹੈਗਾ, ਨਕੋਦਰ ਦਾ ਰਹਿਣ ਵਾਲਾ ਹੈਗਾ। ਨੈਕਸਟ ਇਜ ਪੰਕਜ ਸੱਭਰਵਾਲ ਏਰੀਅਸ ਪੰਕੂ, ਇਹ ਵੀ ਰਿਸ਼ੀ ਨਗਰ ਨਕੋਦਰ ਦਾ ਰਹਿਣ ਵਾਲਾ ਹੈਗਾ। ਨੈਕਸਟ ਇਜ ਵਿਸ਼ਾਲ ਸੱਭਰਵਾਲ ਏਲੀਅਸ ਬੰਠੂ, ਇਹ ਵੀ ਨਕੋਦਰ ਦਾ ਰਹਿਣ ਵਾਲਾ। ਨੈਕਸਟ ਇਜ਼ ਹਰਮਨਪ੍ਰੀਤ ਸਿੰਘ ਏਲੀਅਸ ਹਰਮਨ, ਇਹ ਨਕੋਦਰ ਦਾ ਰਹਿਣ ਵਾਲਾ ਹੈ। ਜਸਕਰਨ ਸਿੰਘ ਪੁਰੇਵਾਲ, ਇਹਨੂੰ ਜੱਸਾ ਜੱਸਾ ਵੀ ਕਹਿੰਦੇ ਹੈਗੇ ਆ, ਇਹ ਵੀ ਨਕੋਦਰ ਦਾ ਰਹਿਣ ਵਾਲਾ। ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕੰਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰਿਅਨ ਸਿੰਘ। ਆਰਿਅਨ ਸਿੰਘ ਜੀ ਇਹ ਸਦਰ ਨਕੋਦਰ ਦੇ ਵਿੱਚ ਪੋਸਟਡ ਸੀਗਾ, ਪੁਲਿਸ ਸਟੇਸ਼ਨ ਸਦਰ ਨਕੋਦਰ ਦੇ ਵਿੱਚ, ਔਰ ਪਿਛਲੇ 1.5 ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ। ਇਹ 1.5 ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ, ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਨਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਆ, ਇੰਟੈਰੋਗੇਸ਼ਨ ਹੈਗੀ ਆ, ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇੱਧਰ ਉੱਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਉਹਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ, ਇਹਨੂੰ ਵੀ ਅਰੈਸਟ ਕਰ ਲਿਆ ਗਿਆ। ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ, ਔਰ ਜਿਹੜੇ ਹਲੇ 2-3 ਬੰਦੇ ਹੋਰ ਸਾਡੇ ਇਸ ਮਡੂਲ ਦੇ ਪਾਰਟ ਨੇ ਉਹ ਹਲੇ ਅਰੈਸਟ ਕਰਨ ਵਾਲੇ ਨੇ। ਟੀਮਸ ਜਿਹੜੀਆਂ ਆਲਰੇਡੀ ਉਹਨਾਂ ਦਾ ਪਿੱਛਾ ਕਰ ਰਹੀਆਂ ਔਰ ਵੀ ਆਰ ਹੋਪਫੁਲ ਅਸੀਂ ਉਹਨਾਂ ਨੂੰ ਜਲਦੀ ਅਰੈਸਟ ਕਰ ਲਵਾਂਗੇ।
ਉਹਨਾਂ ਦੇ ਵਿੱਚ ਕਰਨ ਸੱਭਰਵਾਲ ਹੈਗਾ ਜਿਹੜਾ ਨਹੀਂ ਫੜ ਹੋਇਆ, ਇੱਕ ਦਲਵੀਰ ਏਲੀਅਸ ਭੋਲਾ ਹੈਗਾ, ਇਹਨੂੰ ਏਲੀਅਸ ਲੰਗੜਾ ਵੀ ਕਹਿੰਦੇ ਆ, ਇਹ ਵੀ ਹਲੇ ਤੱਕ ਫਰਾਰ ਹੈਗਾ। ਇੱਕ ਦਿੱਬੂ ਹੈਗਾ ਹੁਸ਼ਿਆਰਪੁਰ ਦਾ, ਉਹ ਵੀ ਹਲੇ ਤੱਕ ਅਰੈਸਟ ਨਹੀਂ ਹੋਇਆ। ਸੋ ਜਿਹੜਾ ਇਹ ਇਹਨਾਂ ਤੋਂ ਇਹਨਾਂ ਨੇ 1000 ਇੰਟੋਕਸੀਕੈਂਟ ਟੈਬਲੇਟਸ ਜਿਹੜੀਆਂ ਹੈਗੀਆਂ, ਜਿਹੜੀਆਂ ਨਸ਼ੇ ਦੀਆਂ ਗੋਲੀਆਂ ਕਹਿ ਦਿੰਦੇ ਹਾਂ ਅਸੀਂ ਪੰਜਾਬੀ 'ਚ, ਉਹ ਵੀ ਰਿਕਵਰ ਕੀਤੀਆਂ। ਔਰ ਇਹ ਕਾਫੀ ਭਾਰੀ ਮਾਤਰਾ ਹੈਗੀ ਆ, ਕਮਰਸ਼ੀਅਲ ਕੁਆਂਟਿਟੀ ਹੈਗੀ ਆ। ਜਿਹੜੇ ਵੈਪਨਸ ਇਹਨਾਂ ਨੂੰ ਮਿਲੇ ਹੈਗੇ ਆ, ਜਿਹੜਾ ਨਾਰਕੋਟਿਕਸ ਇਹਨਾਂ ਨੂੰ ਮਿਲਿਆ ਹੈਗਾ, ਉਹਦੀ ਇਨਵੈਸਟੀਗੇਸ਼ਨ ਹੁਣ ਅਸੀਂ ਰਿਮਾਂਡ ਲੈ ਕੇ ਕਰਾਂਗੇ ਵੀ ਉਹ ਇਹਨਾਂ ਦਾ ਟੋਟਲ ਕੀ ਸੀਗਾ ਪਲੈਨ ਔਰ ਕਿੱਦਾਂ ਕਿੱਦਾਂ ਇਹਨਾਂ ਨੂੰ ਮਿਲਿਆ ਸਾਰਾ। ਉਹਦੇ ਲਈ ਮੈਡਮ ਜਸਰੂਪ ਦੇ ਵਿੱਚ ਟੀਮ ਆਲਰੇਡੀ ਕੰਮ ਕਰ ਰਹੀ ਹੈਗੀ ਇਹਨਾਂ ਦੀ। ਇਹ ਰੁਪੀ ਇਹ 1000 ਟੈਬਲੇਟਸ ਹੈਗੀਆਂ ਮੈਡਮ। ਇਹ ਜਿਹੜਾ ਕਾਰ ਦਾ ਵੈਨਿਊ, ਕਾਰ ਦਾ ਓਨਰ ਸੀਗਾ, ਇਹਦਾ ਨਾਮ ਰੁਪੇਸ਼ ਹੈਗਾ। ਇਹ ਇਹਨਾਂ ਨੂੰ ਘਰ ਘੁਰ ਜਦੋਂ ਲੁਕਣ ਨੂੰ ਟਿਕਾਣੇ ਚਾਹੀਦੇ ਸੀਗੇ, ਔਰ ਜਿਹੜੀ ਇਹਨਾਂ ਦੀ ਵੈਪਨ ਦੀ ਸਟੋਰੇਜ ਸੀਗੀ ਜਦੋਂ ਇਹਨਾਂ ਨੇ ਰੱਖਣੇ ਹੁੰਦੇ ਸੀ ਹਥਿਆਰ, ਉਹ ਪ੍ਰੋਵਾਈਡ ਕਰਦਾ ਸੀਗਾ ਇਹਨਾਂ ਨੂੰ। ਜਿਹੜਾ ਡਿੱਬੂ ਹੈਗਾ ਹੁਸ਼ਿਆਰਪੁਰ ਦਾ, ਉਹ ਇਹਨਾਂ ਨੂੰ ਇਹ ਵਾਲੇ ਡਰੱਗ ਸਪਲਾਈ ਕਰਦਾ ਸੀ ਅੱਗੇ ਰੀਸੇਲ ਕਰਨ ਲਈ, ਔਰ ਡਿੱਬੂ ਇਜ਼ ਸਟਿਲ ਐਟ ਲਾਰਜ, ਉਹ ਹਲੇ ਫੜਨ ਵਾਲਾ ਪਿਆ ਹੈਗਾ। ਜਿਹੜਾ ਅੰਕੁਸ਼ ਹੈਗਾ, ਇਹਦਾ ਓਵਰਸੀਜ਼ ਜਿਹੜਾ ਕ੍ਰਿਮੀਨਲ ਇੱਕ ਲਵਪ੍ਰੀਤ ਸਿੰਘ ਏਰੀਅਸ ਲਾਡੀ ਹੈਗਾ। ਇਹ ਜਿਹੜਾ ਲਵਪ੍ਰੀਤ ਲਾਡੀ ਹੈਗਾ, ਇੱਕ ਜੇਲ੍ਹ ਦੇ ਵਿੱਚ ਗੈਂਗਸਟਰ ਹੈਗਾ, ਰਵੀ ਬਲਾਚੌਰੀਆ, ਉਹਦੇ ਕਾਫੀ ਕ੍ਰਿਮੀਨਲ ਕੇਸਿਸ ਹੈਗੇ ਉਹਦੇ ਅਗੇਂਸਟ। ਉਹਦਾ ਇਹ ਪਾਰਟਨਰ ਹੈਗਾ, ਉਹਦੇ ਨਾਲ ਦਾ ਹੈਗਾ ਰਵੀ ਬਲਾਚੌਰੀਆ। ਜਿਹੜਾ ਬਾਹਰ ਬੈਠਾ ਲਾਡੀ ਹੈਗਾ, ਇਹਦੇ ਥਰੂ ਹੁਣ ਆਪਣਾ ਆਪਰੇਸ਼ਨ ਜਿਹੜਾ ਅਗਲਾ ਆਪਰੇਟ ਕਰਨਾ ਚਾਹੁੰਦਾ ਸੀ, ਜਿਹਦੇ ਲਈ ਇਹ 'ਚ ਅੰਕੁਸ਼ ਦੀ ਡਿਊਟੀ ਲਗਾਈ ਗਈ ਸੀ ਵੀ ਤੂੰ ਆਪਣੇ ਨਾਲ ਬੰਦੇ ਹੋਰ ਇਕੱਠੇ ਕਰਕੇ ਸਾਰਾ ਕੰਮ ਕਰਵਾ, ਜਿਹਦੇ ਲਈ ਇਹਨੂੰ ਵੈਪਨਸ ਵਗੈਰਾ ਜਿਹੜੇ ਹੈਗੇ ਆ ਇਹ ਪ੍ਰੋਵਾਈਡ ਕਰਾਏ ਗਏ ਸੀ। ਔਰ ਇਹ ਸਕੈਚ ਦੇ ਨਾਲ ਰਿਕਵਰੀਜ਼ ਹੀ ਨਹੀਂ ਹੋਈਆਂ, ਜਦਕਿ ਬਾਕੀ 3-4 ਜਿਹੜੀਆਂ ਕੀਮਤੀ ਜਾਨਾਂ ਉਹ ਵੀ ਪੁਲਿਸ ਨੇ ਬਚਾਈਆਂ ਹੈਗੀਆਂ, ਜਿਹੜੇ ਇਹਨਾਂ ਦੇ ਟਾਰਗੇਟ 'ਤੇ ਸੀਗੇ। ਇਹਨਾਂ ਵੈਪਨਸ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਬੈਂਕ ਲੁੱਟਣ ਦੀ ਵੀ ਇਹਨਾਂ ਨੇ ਪਲੈਨ ਕੀਤਾ ਸੀਗਾ ਵੀ ਅਸੀਂ ਬੈਂਕ ਵੀ ਲੁੱਟਾਂਗੇ, ਉਹ ਵੀ ਫਾਇਲ ਕੀਤਾ ਗਿਆ ਇਹਦੇ ਨਾਲ। ਔਰ ਆਈ ਐਮ ਰੀਅਲੀ ਇੰਪ੍ਰੈਸਡ ਵਿਦ ਦਾ ਵਰਕਿੰਗ ਆਫ ਅਵਰ ਟੀਮ, ਜਿਹਨਾਂ ਨੇ ਇੰਨੀ ਜਲਦੀ ਜਲਦੀ ਐਡੇ ਵੱਡੇ ਗਰੁੱਪ ਨੂੰ ਜਿਹੜਾ ਹੈਗਾ ਅਨਕਵਰ ਕੀਤਾ, ਔਰ ਇੱਕ ਜਿਹੜੀ ਬਲੱਡੀ ਗੈਂਗ ਵਾਰ ਹੈਗਾ ਉਹਨੂੰ ਰੋਕਿਆ। ਗੋਲਡੀ ਬਰਾੜ ਦਾ ਹੀ ਇਜ਼ ਇਨ ਜੇਲ ਨਾਉ, ਉਹ ਕਿਸੇ ਟਾਈਮ ਇੱਥੇ ਰਹਿੰਦਾ ਹੁੰਦਾ ਸੀ ਨਕੋਦਰ, ਤੇ ਉਹਦਾ ਐਸੋਸੀਏਟ ਸੀਗਾ ਜਿਹੜਾ ਅੰਕੁਸ਼ ਹੈਗਾ ਜੀ। ਹੁਣ ਵੀ ਉਹ ਇਹਨੂੰ ਦੁਬਾਰਾ ਆਪਰੇਟ ਕਰ ਰਹੇ ਸੀਗੇ ਵੀ ਇਹ ਬਾਹਰ ਸੀਗਾ, ਤੇ ਗੋਲਡੀ ਵਿਕਰਮ ਐਂਡ ਗੋਲਡੀ ਜਿਹੜੇ ਸੀਗੇ ਉਹ ਇਹਨੂੰ ਆਪਰੇਟ ਕਰ ਰਹੇ ਸੀ ਜਿਹੜੇ 4 ਬੰਦੇ ਜਿਨ੍ਹਾਂ ਤੋਂ ਲੈ ਜੀ ਜਿਨ੍ਹਾਂ ਨੂੰ ਮਾਰਨਾ ਸੀ, ਇਹਨਾਂ ਕੋ ਕਿਸ ਚੀਜ਼ ਦੀ ਰੰਗਦਾਰੀ ਲੈ ਰਿਹਾ ਸੀਗਾ ਜਾਂ ਇਹਨਾਂ ਨੂੰ ਕਿਸੇ ਲਈ ਗੈਂਗ ਰਾਈਵਲ ਸੀਗੇ ਜੀ ਜੀ ਇਹ ਹੁਣ ਆਪਾਂ ਉਹਨਾਂ ਦੀ ਆਈਡੈਂਟੀ ਨਾ ਕਰੀਏ ਰਿਵੀਲ, ਬਟ ਬੇਸਿਕਲੀ ਦੇ ਆਰ ਇਹਨਾਂ ਦੇ ਮੁਤਾਬਕ ਉਹ ਆਪੋਜ਼ਿਟ ਗੈਂਗ ਦੇ ਮੈਂਬਰ ਸੀ। ਆਪੋਜ਼ਿਟ ਗੈਂਗ ਹਾਂਜੀ ਹਾਂਜੀ ਉਹ ਵੀ ਬਾਰੇ ਪਲੇਟ ਹੋ ਰਿਹਾ ਕੈਟੇਗਰੀ ਜੀ ਜੀ ਸਰ ਇਹ ਕੈਟੇਗਰੀ ਗੈਂਗ ਦੇ ਯੈਸ ਸਰ ਅੰਕੁਸ਼ ਪੰਕਜ ਵਿਸ਼ਾਲ ਆਪਸ ਵਿੱਚ ਭਰਾ ਨੇ ਸਾਰੇ ਚਾਚੇ ਤਾਏ ਦੇ ਨੂੰ ਕੋਣ
ਲਿਖਿਆ ਸਭਰਵਾਲ ਹੀ ਆ, ਬਟ ਆਈ ਵਿਲ ਚੈੱਕ ਐਂਡ ਟੈਲ ਯੂ, ਮੈਨੂੰ ਪੁੱਛਣਾ ਪੈਣਾ ਇਹਦੇ ਬਾਰੇ ਹੈਗੇ ਕਿੱਦਾਂ। ਚਾਚੇ ਤਾਏ ਦੀ ਮੁੰਡੇ ਨੇ, ਸੋਰੀ ਹਾਂਜੀ ਹਾਂਜੀ ਡੈਫੀਨੇਟ ਇਨਵੋਲਵਮੈਂਟ ਸੀਗੀ, ਔਰ ਅਸੀਂ ਉਹ ਸਾਰੀ ਚੈੱਕ ਕਰ ਰਹੇ ਹੈਗੇ ਹਾਂ ਕਿਸ ਲੈਵਲ ਤੱਕ ਸੀਗੀ। ਰਵੀ ਬਲਾਚੌਰੀਆ ਦੀ ਸਾਹਮਣੇ ਪੁਖਤਾ ਇਨਵੋਲਵਮੈਂਟ ਸਾਹਮਣੇ ਆਈ ਹੈ, ਤੇ ਜਿਹੜਾ ਵਿਕਰਮ ਇਨਵੋਲਵਮੈਂਟ ਵੀ ਦੂਜੇ ਬੰਦੇ ਨੂੰ ਟਾਰਗੇਟ ਕਰਨਾ ਦੂਜੇ ਗਰੁੱਪ ਨੂੰ। ਯੈਸ ਕਨਸਟੇਬਲ ਭਰਤੀ ਹੈਗਾ। ਹਾਂਜੀ ਹਾਂਜੀ, ਮਤਲਬ ਕਿ ਮੇਰਾ ਖਿਆਲ 4 ਸਾਲ ਹੀ ਹੋਏ ਆ ਔਰ ਇਸ ਮਾੜੇ ਕੰਮ 'ਚ ਪੈ ਗਿਆ। ਬਟ ਦੇਖੋ ਗੱਲ ਇਹ ਹੈ ਵੀ ਸਾਰਾ ਗੈਂਗ ਆਲਮੋਸਟ ਨਕੋਦਰ ਦਾ ਹੈ, ਸਿਟੀ ਨਕੋਦਰ ਦਾ, ਔਰ ਇਹ ਸਦਰ ਨਕੋਦਰ ਦੇ ਵਿੱਚ ਹੀ ਡਿਊਟੀ ਕਰ ਰਿਹਾ ਸੀਗਾ। ਨਹੀਂ, ਹੀ ਵਾਜ਼ ਐਬਸੈਂਟ ਡੇਢ ਮਹੀਨੇ ਤੋਂ। ਹਾਂਜੀ ਹਾਂਜੀ, ਨੌਕਰੀ 'ਚ ਸੀਗਾ, ਹੁਣ ਅਸੀਂ ਰੈਸਟ ਕੀਤਾ, ਹੁਣ ਇਹਨੂੰ ਡਿਸਮਿਸ ਕਰਾਂਗੇ ਡਿਊ ਪ੍ਰੋਸੀਜਰ, ਜਿਹੜਾ ਪ੍ਰੋਸੀਜਰ ਅਡੋਪਟ ਕਰਕੇ। ਇਹਦੇ ਫਾਦਰ ਦੀ DSP ਸਾਹਿਬ ਦੱਸ ਰਹੇ ਨੇ ਵੀ ਡੈਥ ਹੋ ਗਈ ਸੀਗੀ, ਉਹ ਵੀ ਪੁਲਿਸਮੈਨ ਸੀਗੇ, ਪ੍ਰਾਇਓਰਟੀ ਤੇ ਭਰਤੀ ਹੋਏ ਕਿਹੜੇ ਪੋਸਟ ਤੇ? ਕਨਸਟੇਬਲ ਹੀ ਸੀਗੇ। ਹਾਂਜੀ, ਪਹਿਲਾਂ 5 ਬੰਦੇ ਕੱਲ ਅਰੈਸਟ ਕੀਤੇ, ਉਸ ਤੋਂ ਬਾਅਦ ਇਨਵੋਲਵਮੈਂਟ ਸਾਹਮਣੇ। ਪੁਲਿਸ ਦੇ ਵਿੱਚ ਮੈਮ ਕਾਫੀ ਬੰਦੇ ਐਬਸੈਂਟੀਜ਼ ਹੁੰਦੇ ਨੇ ਸਾਡੇ ਕੋਲ, ਹਾਂ ਹਾਂ, ਬਟ ਉਹ ਨਹੀਂ ਇੱਦਾਂ ਤੁਸੀਂ ਪਤਾ ਲੱਗ ਸਕਦਾ ਵੀ ਉਹ ਦੇ ਆਰ ਇਨਵੋਲਵ ਇਨ ਸਮ ਕ੍ਰਿਮੀਨਲ ਐਕਟੀਵਿਟੀ ਔਰ ਨਾਟ, ਬਟ ਜਦੋਂ ਵੀ 5 ਬੰਦੇ ਫੜ ਗਏ ਫਿਰ ਪਤਾ ਲੱਗ ਗਿਆ। ਮੈਂ ਸਮਝਿਆ ਨਹੀਂ ਕਿਦਾਂ ਕੀ ਕਹਿ ਰਹੇ ਤੁਸੀਂ? ਕਹਿ ਰਹੇ ਕਿ ਦੋ ਜਗ੍ਹਾ ਹੋਰ ਇਹਨਾਂ ਦੀ ਵਾਰਦਾਤਾਂ ਕਰਨੀਆਂ ਸੀਗੀਆਂ। ਜੀ ਜੀ, ਮੈਂ ਕਹਿ ਰਿਹਾ ਜਿਹੜੇ ਇਹਨਾਂ ਨੂੰ ਦਿੱਤੇ ਗਏ ਸੀ, ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਗੈਂਗ ਵਾਰ ਵੀ, ਇਹ ਤੋਂ ਇਲਾਵਾ ਮੈਂ ਕਹਿ ਰਿਹਾ ਵੀ ਇਹਨਾਂ ਨੇ ਬੈਂਕ ਵੀ ਲੁੱਟਣੇ ਸੀ। ਬੈਂਕ ਕਿਹੜਾ ਸੀ? ਕਿ ਆਪਣੇ ਇਲਾਕੇ ਦਾ ਸੀ ਜਾਂ ਉਹ ਸਾਡੇ ਇਲਾਕੇ ਦਾ? ਬੈਂਕ ਵੀ ਇਹਨਾਂ ਨੇ ਕਰਨੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ। ਹਾਂਜੀ ਹਾਂਜੀ, ਅੱਛਾ ਉਹ ਜਲੰਧਰ ਦੇ ਆਪਣੇ ਜਾਂ ਫਿਰ ਜੀ ਜਿਹੜੇ ਫਾਦਰ ਸਾਹਿਬ ਸੀ ਇਹਨਾਂ ਦੇ, ਉਹ ਨੈਚੁਰਲ ਡੈਥ ਨਹੀਂ ਸੀ ਜਾਂ ਕੋਈ ਨੈਚੁਰਲ ਐਕਸੀਡੈਂਟ? ਐਕਸੀਡੈਂਟਲ ਹੈ। ਹਾਂਜੀ, ਜਿਹੜੇ ਹਥਿਆਰ ਪ੍ਰੋਗਰਾਮਾਂ ਦਿੱਤੇ ਨੇ ਇਹਨਾਂ ਨੂੰ ਪ੍ਰੋਵਾਈਡ ਬਾਹਰੋਂ ਕਰਵਾਏ ਗਏ ਜਾਂ ਇੱਥੇ ਹੀ ਇਹਨਾਂ ਆਪ ਲੈਣ ਜਾ ਕੇ? ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਅਸੀਂ ਕਰਾਂਗੇ ਇਹਨੂੰ ਇਨਵੈਸਟੀਗੇਟ। ਸਾਰੇ ਇੰਡੀਅਨ ਮੇਡ ਨੇ? ਸੌਰੀ, ਸਾਰੇ ਇੰਡੀਅਨ ਮੇਡ ਨੇ? ਹਾਂ, ਇਹ ਤੇ ਇੰਡੀਅਨ ਮੇਡ ਵੈਪਨਸ ਨੇ। ਸਰ ਇੱਕ ਕੁਐਸਚਨ ਹੈ, ਐਵਰੀ ਸੈਕਿੰਡ ਡੇ ਵੀ ਆਰ ਹੀਅਰਿੰਗ ਆਫ ਦ ਇਨਵੋਲਵਮੈਂਟ ਆਫ ਪੀਪਲ ਸਿਟਿੰਗ ਓਵਰਸੀਜ਼ ਇਨ ਲਿਟਰਲੀ ਰਨਿੰਗ ਗੈਂਗਸ ਇਨ ਪੰਜਾਬ। ਮੈਡਮ ਜਿੱਦਾਂ ਜਸਟ ਕਮਿੰਗ ਟੂ ਦੈਟ ਓਨਲੀ, ਜਿੱਦਾਂ ਜਿੱਦਾਂ ਟੈਕਨੋਲੋਜੀ ਵਧੀ ਜਾਂਦੀ ਹੈਗੀ ਆ, ਉਹਦੇ ਦੋਨੇ ਆਫਟਰ ਇਫੈਕਟਸ ਨੇ, ਚੰਗੇ ਵੀ ਮਾੜੇ ਵੀ।
ਹੁਣ ਜਿਹੜਾ ਕ੍ਰਿਮੀਨਲ ਹੈਗਾ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ, ਜਿਹੜਾ ਚੰਗਾ ਬੰਦਾ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ। ਸੋ ਇਹਦੇ ਲਈ ਹੁਣ ਇਹ ਸਾਰਾ ਜਿਹੜਾ ਐਪਸ ਚੱਲਦੀਆਂ ਹੈਗੀਆਂ ਸਾਡੇ ਕੋਲ, ਵਰਚੁਅਲ ਨੰਬਰ ਚੱਲਦੇ ਹੈਗੇ ਆ, ਉੱਥੋਂ ਇਹ ਓਪਰੇਟ ਕਰਦੇ ਆ ਸਾਰੇ ਜਿਹੜੇ ਬੰਦੇ ਹੈਗੇ ਆ। ਔਰ ਅਸੀਂ ਲਗਾਤਾਰ ਕਈ ਮਡੂਰ ਪੰਜਾਬ ਪੁਲਿਸ ਲਗਾਤਾਰ ਬਸਟ ਕਰ ਚੁੱਕੀ ਆ, ਲਗਾਤਾਰ ਕਰ ਰਹੀ ਹੈਗੀ ਹੈ, ਔਰ ਇਹ ਸਾਹਮਣੇ ਬਿਲਕੁਲ ਆਉਂਦਾ ਹੈਗਾ ਵੀ ਇਹ ਜਿਹੜੇ ਵਰਚੁਅਲੀ ਇਹ ਇੱਕ ਦੂਜੇ ਨਾਲ ਕਨੈਕਟਡ ਰਹਿੰਦੇ ਹੈਗੇ ਆ, ਉਹਦੇ ਕਰਕੇ ਇਹਨਾਂ ਦਾ ਨੈਟਵਰਕ ਚੱਲਦਾ ਰਹਿੰਦਾ।